またじ。ਅਸੀਂ ਦੂਰ ਤੱਕ ਵੇਖ ਕੇ ਆਏ ਆ ਮਾਤਾ ਸੁੰਦਰੀ ਜੀ, ਕੋਈ ਦਿਖਾਈ ਨਹੀਂ ਦਿੱਤਾ। ਭਾਈ ਮਨੀ ਸਿੰਘ ਜੀ, ਸਾਨੂੰ ਦਿੱਲੀ ਵੱਲ ਤੁਰ ਪੈਣਾ ਚਾਹੀਦਾ। ਫੇਰ ਵੇਖ ਕੇ ਆਉਂਦਾ ਹਾਂ, ਸ਼ਾਇਦ ਅਜੀਤ ਵੀਰਾ ਜਾਂ ਕੋਈ ਹੋਰ ਮਿਲ ਜਾਵੇ। ਇੱਥੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਹੈ ਮਾਤਾ ਜੀ, ਚਲੋ ਨਿਕਲ ਚੱਲਦੇ ਹਾਂ। ਚਲੋ ਬੱਚੋ, ਗੰਗੂ ਠੀਕ ਕਹਿੰਦਾ, ਜਿਵੇਂ ਦਾਦੀ ਦੀ ਮਰਜ਼ੀ। ਉਹਨਾਂ ਨੇ ਇੰਤਜ਼ਾਰ ਕੀਤਾ ਹੋਵੇਗਾ, ਪਰ ਖਤਰਾ ਦੇਖਦੇ ਹੋਏ ਸ਼ਾਇਦ ਦਿੱਲੀ ਵੱਲ ਨੂੰ ਤੁਰ ਪਏ ਹੋਣਗੇ, ਜਿਸ ਤਰ੍ਹਾਂ ਤੋਂ ਪਹਿਲੇ ਤੈਅ ਹੋਇਆ ਸੀ। ਉਸ ਦਿਨ ਜੇਕਰ ਸਰਸਾ ਨਦੀ ਕਹਿਰ ਨਾ ਟਾਉਂਦੀ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ।